ਇਹ ਤਾਂ ਜੀ ਬੰਦਾ ਬਹੁਤ ਵਧੀਆ ਸੀ, ਲੱਕੜੀ ਦਾ ਕੰਮ ਕਰਦਾ ਸੀਗਾ ਜੀ। ਇੱਥੇ ਸਾਡੇ ਪਿੰਡ ਦੇ ਵਿੱਚ ਵਿਕਾਸ ਬਹੁਤ ਵਧੀਆ, ਚੰਗਾ ਬੰਦਾ ਸੀਗਾ। ਇਹ ਤਾਂ ਬਾਅਦ ਦੇ ਵਿੱਚ ਜਾਣੀ ਕਿ ਵੀ ਇਹਨਾਂ ਦਾ ਕੋਈ ਇਹੋ ਜਿਹਾ ਚੱਕਰ ਪਿਆ, ਇਸ ਕਾਰਨ ਵੀ ਇਹਨਾਂ ਦੀ ਅਲਾਈਨਮੈਂਟ ਥੋੜ੍ਹੀ ਜਿਹੀ ਗਲਤ ਹੋ ਗਈ। ਮੁੰਡਾ ਬਹੁਤ ਬੀਬਾ ਸੀ, ਪਿੰਡ ਦੇ ਵਿੱਚ ਇਹੋ ਜਿਹੀ ਚੀਜ਼ ਆ ਵੀ ਜਾਣੀ ਕਿਸੇ ਪਿੰਡ ਦੇ ਵਿੱਚ ਕੋਈ ਵੀ ਇਹੋ ਜਿਹੀ ਤਰ੍ਹਾਂ ਦੁਸ਼ਮਣੀ ਨਹੀਂ ਸੀ ਇਹਨਾਂ ਦੀ। ਹਾਂਜੀ ਹਾਂਜੀ, ਪੜੋਸੀ ਹੈ ਜੀ। ਇਹ ਤਾਂ ਜੀ ਬੰਦਾ ਬਹੁਤ ਵਧੀਆ ਸੀ, ਲੱਕੜੀ ਦਾ ਕੰਮ ਕਰਦਾ ਸੀਗਾ ਜੀ। ਇੱਥੇ ਸਾਡੇ ਪਿੰਡ ਦੇ ਵਿੱਚ ਵਿਕਾਸ ਬਹੁਤ ਵਧੀਆ, ਚੰਗਾ ਬੰਦਾ ਸੀਗਾ। ਇਹ ਤਾਂ ਬਾਅਦ ਦੇ ਵਿੱਚ ਜਾਣੀ ਕਿ ਵੀ ਇਹਨਾਂ ਦਾ ਕੋਈ ਇਹੋ ਜਿਹਾ ਚੱਕਰ ਪਿਆ, ਇਸ ਕਾਰਨ ਵੀ ਇਹਨਾਂ ਦੀ ਅਲਾਈਨਮੈਂਟ ਥੋੜ੍ਹੀ ਜਿਹੀ ਗਲਤ ਹੋ ਗਈ। ਮੁੰਡਾ ਬਹੁਤ ਬੀਬਾ ਸੀ, ਪਿੰਡ ਦੇ ਵਿੱਚ ਇਹੋ ਜਿਹੀ ਚੀਜ਼ ਆ ਵੀ ਜਾਣੀ ਕਿਸੇ ਪਿੰਡ ਦੇ ਵਿੱਚ ਕੋਈ ਵੀ ਇਹੋ ਜਿਹੀ ਤਰ੍ਹਾਂ ਦੁਸ਼ਮਣੀ ਨਹੀਂ ਸੀ ਇਹਨਾਂ ਦੀ। ਹਾਂ ਨਹੀਂ ਜੀ, ਇਹ ਕੁਆਰਾ ਜੀ ਇਹਨਾਂ ਦਾ, ਇਹ ਤਿੰਨ ਆ ਜੀ। ਕੋਈ ਨਹੀਂ, ਇਹਨਾਂ ਦਾ ਡੈਡੀ ਸੀ ਉਹ ਵੀ ਜੀ, ਮਤਲਬ 10 ਦਿਨ ਹੋ ਗਏ ਘਰ ਹੈ ਨਹੀਂ ਗਾ। ਹੁਣ ਇਸ ਟਾਈਮ ਲੋਕ ਲੱਗਿਆ ਵਾ। ਹੋਰ ਕੌਣ ਸੀਗਾ ਇੱਥੇ? ਨਹੀਂ ਕੋਈ ਨਹੀਂ ਸੀ ਜੀ, ਰਹਿੰਦੇ ਕੌਣ ਕੌਣ ਸੀ ਇੱਥੇ ਪਰਿਵਾਰ? ਉਹ ਦੋਨੇ ਸੀ ਜੀ, ਆਪਸ ਮੇਂ ਮੀਆਂ ਬੀਬੀ। ਹਾਂ ਕੋਈ ਨਹੀਂ ਨਾ, ਉਹ ਕਿੱਥੇ? ਉਹ ਪਤਾ ਹੀ ਨਹੀਂ ਕਿੱਥੇ ਸੀ। ਇਹ ਜਿਹੜੇ ਤਿੰਨ ਭਾਈ ਆ, ਜਿਹੜੇ ਇਹ ਲੱਕੜੀ ਦਾ ਕੰਮ ਕਰਦੇ, ਦੂਜੇ ਦੇ ਦੋ ਭਰਾ ਕੀ ਕੰਮ ਕਰਦੇ ਸੀ? ਨਹੀਂ ਤਿੰਨੇ ਹੀ ਲੱਕੜੀ ਦਾ ਕੰਮ ਕਰਦੇ ਸੀ। ਤਿੰਨੇ ਇੱਕ ਜਗ੍ਹਾ ਤੇ ਕਰਦੇ ਸੀ, ਬੋਡੇ ਵਾਲੇ ਸੜਕ ਦੇ ਉੱਤੇ ਇਹਨਾਂ ਦੀ ਦੁਕਾਨ ਬਣਾਈ ਵੀ ਸੀ ਉੱਥੇ। ਹਾਂਜੀ ਉਹ ਬਾਹਰ ਸੀ, ਜਿਹੜਾ ਸੁਨਸ਼ੇਰ ਸਿੰਘ ਆ ਉਹ ਮਤਲਬ ਲਾ ਕੇ ਆਇਆ 5-6 ਸਾਲ, ਹੁਣ ਛੁੱਟੀ ਕੱਟਣ ਦੀ ਖਾਤਰ ਇੱਥੇ ਆਇਆ ਬਸ ਜੀ। ਹੁਣ ਇਹ ਜੀ ਪੁਲਿਸ ਵਾਲੇ ਲਾ ਕੇ ਗਏ, ਇਹਨਾਂ 10 ਦਿਨ ਹੋ ਗਏ ਜੀ। ਉਹ ਆਮ ਪਿੰਡ 'ਚ ਪਹਿਲਾਂ ਵੀ ਇਹਦੀਆਂ ਕੋਈ ਇੱਦਾਂ ਦੀਆਂ ਹਰਕਤਾਂ ਜਾਂ ਸ਼ਿਕਾਇਤਾਂ ਸੀ? ਨਹੀਂ ਤੁਸੀਂ ਕਦੋਂ ਦੇ ਇਹਨੂੰ ਮਿਲਣ? ਨਹੀਂ ਜੀ ਨਹੀਂ, ਸਾਨੂੰ ਤਾਂ ਤਕਰੀਬਨ ਇੱਧਰ ਆਇਆ ਨੂੰ, ਮੈਨੂੰ ਵੀ 30 ਸਾਲ ਹੋ ਗਏ ਇੱਧਰ ਆਇਆ ਨੂੰ, ਕੋਈ ਇੱਦਾਂ ਦੀ ਗੱਲ ਹੈ ਨਹੀਂ ਸੀ। ਇਹ ਕਦੋਂ ਦੇ ਇੱਥੇ ਰਹਿ ਰਹੇ ਹੈਗੇ? ਇਹਨਾਂ ਨੂੰ ਹੋ ਗਏ ਮਤਲਬ 35 ਸਾਲ ਜੀ ਇੱਥੇ ਰਹਿ ਰਹੇ। ਹਾਂਜੀ ਅਸੀਂ ਘਰੇ ਰਹਿੰਦੇ ਹਾਂ। ਹਾਂ ਕੋਈ ਇੱਦਾਂ ਦੀ ਕੋਈ ਗੱਲ ਹੀ ਨਹੀਂ ਸੀ ਨਾ, ਮੁੰਡੇ ਬਹੁਤ ਸਿਆਣੇ ਸੀਗੇ। ਇਹ ਤਾਂ ਕੋਈ ਪਤਾ ਹੀ ਨਹੀਂ ਕੀ ਕਾਰਨ ਬਣਿਆ ਜੀ ਇਸ, ਮਤਲਬ ਨਹੀਂ ਸਾਡੇ ਕੋਈ ਵੀ ਪਿੰਡ ਦੇ ਬੰਦੇ ਤੋਂ ਕਿਸੇ ਤੋਂ ਪੁੱਛ ਸਕਦੇ ਤੁਸੀਂ ਵੀ ਇਹਨਾਂ ਦੀ ਹਰਕਤ ਪਿੰਡ ਦੇ ਵਿੱਚ ਇੱਦਾਂ ਦੀ ਕੋਈ ਨਹੀਂ ਕੀਤੀ ਇਹਨਾਂ ਨੇ। ਕੀ ਤੁਹਾਨੂੰ ਲੱਗਦਾ ਵੀ ਕੋਈ ਗਲਤ ਸੁਸਾਇਟੀ 'ਚ ਪੈ ਗਿਆ? ਹਾਂਜੀ ਇਹ ਗਲਤ ਸੁਸਾਇਟੀ ਦੇ ਵਿੱਚ ਪੈਣ ਦੇ ਕਾਰਨ ਹੀ ਇਹ ਕੰਮ ਹੋਇਆ ਇਹਨਾਂ ਦਾ। ਮੁੰਡੇ ਬਹੁਤ ਸਿਆਣੇ ਸੀ, ਇਹ ਵੀ ਮੁੰਡਾ ਬਹੁਤ ਮਨ ਵੀ ਬਹੁਤ ਸਿਆਣਾ ਸੀ ਮੁੰਡਾ। ਉਹ ਵੀ ਜਿਹੜੇ ਇਹਦੇ ਭਰਾ ਹੈਗੇ ਆ ਉਹਨਾਂ ਦਾ ਵਤੀਰਾ ਕਿੱਦਾਂ ਦਾ? ਹਾਂਜੀ ਬਹੁਤ ਵਧੀਆ ਜੀ, ਉਹ ਆਪਣੇ ਅੰਦਰ ਘਰ, ਮੇਰਾ ਅੰਦਰਲੇ ਪਾਸੇ ਘਰ ਸੀ ਮੇਰੇ, ਮਤਲਬ ਫਾਦਰ ਜੀ ਦਾ ਸਾਡਾ ਅੰਦਰਲਾ, ਸਾਡੇ ਘਰ ਦੇ ਨਾਲ ਹੀ ਹੈ ਮਤਲਬ। ਹਾਂਜੀ ਇਹਨਾਂ ਦਾ ਬਹੁਤ ਵਧੀਆ। ਕੋਈ ਅੱਜ ਤੱਕ ਕਿੱਥੇ ਆ ਇਸ ਵੇਲੇ? ਕਿਹੜੀ ਉਹ ਜੀ ਮਤਲਬ ਕੰਮਾਂ ਕਾਰਾਂ 'ਤੇ ਗਏ ਵੇ ਆ, ਬਦਲ ਮਜ਼ਦੂਰੀ ਦਾ ਕੰਮ ਕਰ ਰਿਹਾ, ਝੋਨਾ ਝੁੰਨਾ ਲਾਉਂਦੇ ਆ ਦੋਨੇ ਭਰਾ? ਹਾਂਜੀ ਉਹ ਜਿਹਾ ਕੋਈ ਖੇਤੀ ਦਾ ਕੰਮ ਕਰ ਰਿਹਾ, ਕੋਈ ਰਲਿਆ ਵਿਆ ਜਾਣੀ ਕਿ ਉਹ ਆਪਸ ਮੇਂ ਆਪਦਾ ਕੰਮ ਕਰਦੇ ਆ। ਉਹ ਦੋਨੇ ਭਰਾ ਇੱਥੇ ਪਿੰਡ 'ਚ ਰਹਿੰਦੇ ਕਿ ਹੁਣ ਕਿਤੇ ਬਾਹਰ? ਨਹੀਂ ਜੀ ਇੱਥੇ ਹੀ ਰਹਿੰਦੇ ਆ ਪਿੰਡ ਹੀ ਦੋਨੇ ਭਰਾ? ਹਾਂ ਦੋਨੇ ਭਰਾ। ਇਹ ਇੱਕ ਤਾਂ ਮਤਲਬ ਇਹ ਸੀਗਾ ਜਿਹੜਾ ਇਹਦੇ ਨਾਲ ਡੈਡੀ ਆ ਮੁੰਡਾ ਸੁਨਸ਼ੇਰ ਸਿੰਘ ਦਾ, ਇਹਦਾ ਹੈਗਾ ਆਪਣਾ ਕੀ ਨਾਮ ਇਹਦਾ ਸਿੱਧਾ ਨਾਮ? ਸੁਖਦੇਵ ਸਿੰਘ ਜੀ, ਇਹਦਾ ਨਾਂ ਸੁਖਦੇਵ ਸਿੰਘ ਆ ਅਤੇ ਉਹਦਾ ਨਾਂ ਰਾਮਾ ਜੀ ਜਿਹੜਾ ਪਿੱਛੇ ਰਹਿ ਰਿਹਾ ਉਹਨਾਂ ਦੇ ਕੋਲ। ਹਾਂਜੀ ਉਹ ਆ ਮਗਰਲੀ ਸਾਈਡ ਆ ਪਿੱਛੇ ਘਰ ਰਹਿੰਦਾ, ਇਹ ਸਾਡੇ ਕੋਲ ਰਹਿੰਦਾ। ਯਾਨੀ ਕਿ ਅੱਜ ਤੱਕ ਵੀ ਅਸੀਂ ਜਿੰਨੇ ਚਿਰ ਦੇ ਇੱਥੇ ਟਾਈਮ 'ਤੇ ਰਹਿ ਸਕਦੇ ਹਾਂ, ਅਸੀਂ ਇਹਨਾਂ ਦੀ ਕੋਈ ਹਰਕਤ ਵੀ ਇਹੋ ਜਿਹੀ ਨਹੀਂ ਸੋਚੀ ਪਿੰਡ ਦੇ ਵਿੱਚ। ਇਹਨਾਂ ਨੂੰ 10 ਦਿਨ ਹੋ ਗਏ ਜੀ। ਹਾਂਜੀ ਜਿਸ ਦਿਨ ਦਾ ਪੇਪਰ ਲੱਗ ਗਿਆ ਉਸ ਦਿਨ ਦਾ ਹੀ ਤਾਲਾ ਲੱਗਿਆ ਵਾ ਘਰੇ, ਕੋਈ ਨਹੀਂ ਰਹਿ ਰਿਹਾ। ਅੱਛਾ ਅਸੀਂ ਜੀ ਕਹਿ ਰਹੇ ਹਾਂ ਵੀ ਇਹਦੇ ਵਿੱਚ ਮਤਲਬ ਸਾਨੂੰ ਤਾਂ ਇਸ ਬਾਰੇ ਚੀਜ਼ ਬਾਰੇ ਪਤਾ ਨਹੀਂ ਹੈ ਨਾ, ਵੀ ਨਾ ਇੱਦਾਂ ਦਾ ਮੁੰਡਾ ਦਾ ਇਹ ਕੰਮ ਕਰ ਨਹੀਂ ਰਿਹਾ ਹੈ ਨਾ, ਵੀ ਇਹ ਤਾਂ ਲੋਕਾਂ ਦੇ ਭੜਕਾਉਣ ਦੇ ਹਿਸਾਬ ਦੇ ਨਾਲ ਹੀ ਇਹ ਕੰਮ ਚੱਲ ਰਿਹਾ, ਵੀ ਇੱਕ ਦੂਜੇ ਦਾ ਨਾਮ ਲੈ ਰਹੇ ਆ। ਹੋ ਸਕਦਾ ਕੋਈ ਹੋਰ ਵੀ ਹੋਵੇ ਤਾਂ ਮੁੰਡੇ ਇੱਦਾਂ ਦਾ ਕੰਮ ਕਰ ਨਹੀਂ ਰਹੇ ਹੈ ਨਾ। ਬੜਾ ਵਧੀਆ ਸੀਗਾ ਜੀ ਪਹਿਲਾਂ। ਅੱਜ ਦਿੱਲੀ ਕ੍ਰਾਈਮ ਬ੍ਰਾਂਚ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਵਿੱਚ ਮਨਪ੍ਰੀਤ ਮੰਨੂ ਨੇ ਕਰੋਨਾ ਗੱਡੀ ਸਵਾਰ ਸੀ, ਉਹਨੇ ਇਹਨੇ ਬ੍ਰਸ਼ ਮਾਰਿਆ ਸੀ। ਹੁਣ ਆਪਾਂ ਦੇਖੇ ਤੋਂ ਬਿਨਾਂ ਜੀ ਕੁਛ ਨਹੀਂ ਕਹਿ ਸਕਦਾ, ਨਾ ਲੱਗ ਹੀ ਰਿਹਾ ਵੀ ਇੱਥੋਂ ਤਾਂ ਹੀ ਗਿਆ ਹੋਊ। ਕਿਸ ਤਰ੍ਹਾਂ ਦਾ ਮੁੰਡਾ? ਨਹੀਂ ਬੰਦਾ ਵਧੀਆ ਸੀਗਾ, ਬੱਚਾ ਵਧੀਆ ਸੀ, ਫਰਨੀਚਰ ਦੀ ਦੁਕਾਨ ਸੀਗੀ, ਆਪਦਾ ਕੰਮ ਸੋਹਣਾ ਸੀਗਾ, ਕੋਈ ਨਸ਼ਾ ਨਹੀਂ ਸੀਗਾ, ਕੁਛ ਨਹੀਂ ਸੀਗਾ। ਜਿਸ ਤਰੀਕੇ ਨਾਲ ਸਾਰਾ ਪਿੰਡ ਕਹਿ ਰਿਹਾ ਵੀ ਬਹੁਤ ਵਧੀਆ ਬੰਦਾ ਸੀਗਾ, ਬੱਚਿਆਂ ਦਾ ਇਹ ਨਹੀਂ ਪਤਾ ਲੱਗਦਾ ਜੀ ਬੱਚੇ ਵੱਡੇ ਹੋ ਕੇ ਕੀ ਕਰ, ਕਿੱਧਰ ਨੂੰ ਮੂੰਹ ਹੋ ਜਾਂਦਾ ਜੇ ਆਪਾਂ ਬੱਚਿਆਂ ਦਾ ਦੇਖੀਏ। ਛੋਟੀਆਂ ਛੋਟੀਆਂ ਲੜਾਈਆਂ ਤੋਂ ਵੱਡੇ ਵੱਡੇ ਕੰਮ ਹੋਈ ਜਾਂਦੇ। ਭਾਈ ਇਹ ਤਿੰਨ ਭਾਈ ਆ, ਬਾਕੀ ਦੋ ਭਰਾਵਾਂ ਦਾ ਕਿੱਦਾਂ ਦਾ ਰਿਕਾਰਡ? ਵਧੀਆ ਬਾਹਰ ਆ, ਇੱਕ ਤਾਂ ਬਾਹਰ ਆ, ਦੂਜੇ ਦਾ ਨਹੀਂ ਪਤਾ, ਇੱਕ ਤਾਂ ਬਾਹਰ ਹੀ ਆ।
ਬਾਹਰੋਂ ਆਇਆ ਵਾ ਹੋਊਗਾ ਉਹ ਜਾਣੀ ਬਾਹਰ ਸੀਗਾ ਦੁਬਈ ਦੁਬਈ ਅਰਬ ਕੰਟਰੀ ਸੀ ਕੋਈ ਹੈ ਨਹੀਂ ਬੰਦੇ ਵਧੀਆ ਪਿਆ ਉਹ ਨਾਰਮ ਕੋਈ ਇਹੋ ਜਿਹਾ ਹੈ ਨਹੀਂ ਸੀ ਜਿਸ ਤਰ੍ਹਾਂ ਕਿਹਾ ਜਾ ਰਿਹਾ ਕਿ ਗੋਲਡੀ ਬ੍ਰਾਂਡ ਦਾ ਸ਼ਾਨ ਸ਼ੁਕਰ ਸੀ ਨਹੀਂ ਜੀ ਆਪਾਂ ਹੁਣ ਦੇਖੇ ਦੁੱਖੇ ਤੋਂ ਸੁਣੀ ਜਾਂਦੇ ਵੀ ਤੂੰ ਕੀ ਕਹਿ ਸਕਦੇ ਮਾਮਲੇ ਯਾਰ ਛੋਟੇ ਮੋਟੇ ਹੋਣਗੇ ਜਦੋਂ ਇੱਥੋਂ ਤੱਕ ਇਹ ਹੁਣ ਘਰ ਹੀ ਛੱਡਤਾ ਜੇਲ੍ਹ ਹੋ ਗਈ ਪਿੰਡ ਜੀ ਕਿੰਨੀ ਦੇਰ ਹੋ ਗਈ ਦੇਖਿਆ ਭਾਣ ਜੀ ਮੈਂ ਤਾਂ ਦੇਖੇ ਨਹੀਂ ਪੰਜ ਸੱਤ ਸਾਲ ਹੋ ਗਏ ਠੀਕ ਹੈ ਸਾਡਾ ਪਿੰਡ ਜੀ ਆਇਆ ਵੀ ਹੋਇਆ ਜੇਲ੍ਹ 'ਚ ਪਿੰਡ ਨਹੀਂ ਆਉਂਦੇ ਗਏ ਅਤੇ ਬਾਹਰ ਹੀ ਰਹਿ ਸਿੰਘ ਮੈਨੂੰ ਕਹਿੰਦੇ ਆ ਮੈਂ ਯੂਨੀਅਨ 'ਚ ਰਿਹਾ ਮੈਨੂੰ 37 ਸਾਲ ਹੋ ਗਏ ਪੰਜਾਬ ਖੇਤ ਮਜ਼ਦੂਰ ਯੂਨੀਅਨ 'ਚ ਅਤੇ ਮੈਨੂੰ ਪ੍ਰਧਾਨ ਹੀ ਕਹਿੰਦੇ ਪਿੰਡ 'ਚ ਹਾਂ ਬੰਦਾ ਤਾਂ ਠੀਕ ਸੀ ਇਹ ਤਾਂ ਜਾਣੀ ਪਾਸੇ ਇੱਕ ਦੋ ਬੰਦਿਆਂ ਨੇ ਇੱਥੇ ਖਰਾਬ ਕਰਿਆ ਇਹਨਾਂ ਨੂੰ ਖਰਾਬ ਕਰਿਆ ਕਰਕੇ ਇਹਨਾਂ ਨੂੰ ਤਿੰਨਾਂ ਜਣਿਆਂ ਨੂੰ ਦੋਨਾਂ ਭਰਾਵਾਂ ਨੂੰ ਅਤੇ ਇਹਨਾਂ ਦੀ ਮਾਂ ਨੂੰ ਉਹਦੇ ਮਾਰ ਦੇਣਾ ਸੀ ਉਹ ਬੰਦੇ ਨੂੰ ਜੇ ਉਹਨੂੰ ਨਾ ਮਾਰਦੇ ਇਹ ਰੰਗੀਆਂ ਵਾਲਾ ਮਾਰਿਆ ਨਹੀਂ ਸਿੱਖ ਪਿੱਛੇ ਜੇ ਹੋ ਗਏ ਕਈ ਸਾਲ ਉਹਨਾਂ ਦੇ ਇਹਨਾਂ ਦੇ ਘਰ ਵੜ ਗਿਆ ਸੀ ਉਹ ਇੱਥੋਂ ਪਿੰਡ ਦਾ ਬੰਦਾ ਸੀ ਕੋਈ ਉਹਨੇ ਅੰਦਰ ਬਾਹਰ ਤਾਰ ਜਾ ਕੇ ਅਤੇ ਉਹ ਫਿਰ ਇਹਨਾਂ ਨੂੰ ਮਾਰਨਾ ਪਿਆ ਬੇਸ਼ਾਰਿਆਂ ਨੂੰ ਮਾਰ ਦਿਓ ਕੌਣ ਵੜ ਗਿਆ ਸੀ ਇਹਨਾਂ ਦੇ ਘਰ ਮਾਰਨ ਕਿਹਨੂੰ ਮਾਰਨ ਆਇਆ ਸੀ ਇਹਨਾਂ ਨੂੰ ਮਾਰਨ ਆਇਆ ਸੀ ਉਹ ਹੋਰ ਕਿਸੇ ਬੰਦੇ ਨੇ ਕੋਈ ਮਾੜੀ ਮੋਟੀ ਗੱਲ ਸੀ ਇਹਨਾਂ ਦੀ ਅਤੇ ਉਹ ਜਾਣੀ ਇਹਨੇ ਤਾਂ ਸਹੀ ਕਰੀ ਅਤੇ ਉਹ ਗਲਤ ਸਮਝਦੇ ਇਹ ਬਾਹ ਚਿਰ ਦੀ ਗੱਲ ਹੈ ਇਹ 6-7 ਸਾਲ ਦੀ ਗੱਲ ਹੈ ਉਦੋਂ ਬਾਅਦ ਇਹਨਾਂ ਨੇ ਕੰਮ ਨਹੀਂ ਕਰਿਆ ਇਹਨਾਂ ਦੀ ਦੁਕਾਨ ਉੱਥੇ ਹਸਪਤਾਲ ਦੇ ਕੋਲ ਆ ਬੋਡਾਂ ਦੇ ਰਾਹ 'ਤੇ ਜਦੋਂ ਆਪਾਂ ਪਰੇ ਨੂੰ ਜਾਂਦੇ ਉਹ ਘਰ ਦੇ ਨਾਲ ਹੈ ਅਤੇ ਹਸਪਤਾਲ ਹਾਂਜੀ ਉਦੋਂ ਇਹ ਫਿਰ ਜੇਲ੍ਹ 'ਚ ਉਦੋਂ ਗਿਆ ਉਦੋਂ ਬਾਅਦ ਆਹ ਕਾਰਨਾਮੇ ਹੁੰਦੇ ਆ ਜਿਹੜੇ ਬਾਅਦ 'ਚ ਜਿਵੇਂ ਪਿੰਡੋਂ ਪਿੰਡੋਂ ਕੋਈ ਹੋਰ ਮੁੰਡਾ ਫੜਿਆ ਗਿਆ ਉਹ ਉਹਨਾਂ ਦੇ ਨਾਂ ਲਈ ਜਾਂਦਾ ਬਸ ਉਹ ਜਿਹੜੇ ਦੁਪੱਟੇ ਵਾਲਾ ਤੁਹਾਨੂੰ ਦਿਖਾਇਆ ਉਹ ਨਾਂ ਹੀ ਲਈ ਜਾਂਦਾ ਹੋਰ ਵੀ ਲਏ ਸੀ ਨਾਂ ਸਿੰਮ ਜਿਵੇਂ ਇੱਕ ਦੂਜੇ ਨੂੰ ਲੈ ਤਾ ਲੰਮੇ ਜੱਟਪੁਰਾ ਤੋਂ ਉਹ ਦੁਕਾਨ ਵਾਲਾ ਫੜ ਲਿਆ ਸੀ ਉਹਨੇ ਸਿੰਮ ਲੈ ਤਾ ਕਿਸੇ ਨੂੰ ਅਤੇ ਉਹ ਉੱਥੇ ਮਹਿਣੇ ਠਾਣੇ 'ਚ ਵੀ ਫੜ ਲਿਆ ਸੀ ਬੰਦੇ ਉਹ ਛਡਾ ਲਿਆਂਦੇ ਰਾਜੇ ਨਮਕ ਉਹਨਾਂ ਦਾ ਜਾਣੀ ਹੋ ਗਿਆ ਆਪੋ ਬੱਚੀ ਅਤੇ ਉਹ ਪਰਾਂ ਛਡਾ ਕੇ ਲੈਂਦੇ ਵੀ ਉਹ ਕਹਿੰਦੇ ਵੀ ਮੈਂ ਤਾਂ ਹੁਣ ਲੈ ਜਿਹੜਾ ਨਾਮ ਹੁੰਦਾ ਜਾ ਰਿਹਾ ਹਾਂ ਇਹ ਹੋ ਸਕਦਾ ਨਹੀਂ ਜੀ ਸਾਨੂੰ ਕਿਹੋ ਜਿਹਾ ਸੀ ਨਹੀਂ ਠੀਕ ਹੀ ਸੀ ਉਹ ਤਾਂ ਨਰਮ ਬਾਹਲਾ ਸੀ ਅਤੇ ਕਿੰਨੇ ਭੈਣ ਭਰਾ ਕਿੰਨੇ ਹੈਗੇ ਤਿੰਨੇ ਭਰਾ ਸੀ ਇਹ ਇੱਕ ਡੈਡੀ ਸੀ ਇਹਨਾਂ ਦਾ ਬਸ ਇੱਕ ਮੰਮੀ ਸੀ ਦੂਜੇ ਤੀਜੇ ਦਿਨ ਜਾਂ ਚੌਥੇ ਦਿਨ ਐ ਆਉਂਦੀ ਹੈ ਪੁਲਿਸ।